Visiteraisiva! 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 ਦੂਜੇ ਪਾਸੇ ਤੁਹਾਨੂੰ ਹਾਲਾਤ ਅੰਦਰ ਦੇ ਦਿਖਾ ਦਈਏ ਕਿ ਇਹ ਜਿਹੜਾ ਮੇਨ ਗੇਟ ਹੈ ਲਾ ਯੂਨੀਵਰਸਿਟੀ ਦਾ, ਉਹਦੇ ਮੇਨ ਗੇਟ ਨੂੰ ਬੰਦ ਕੀਤਾ ਹੋਇਆ। ਵਿਦਿਆਰਥੀ ਨੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਪਿੱਛੇ ਐਡਮਿਨ ਬਲੋਕ ਹੈ ਅਤੇ ਐਡਮਿਨ ਬਲੋਕ ਦੇ ਵਿੱਚ ਹੜਤਾਲ ਚੱਲ ਰਹੀ ਹੈ, ਪਰ ਕੁਝ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇੱਥੇ ਮੇਨ ਗੇਟ ਦੇ ਉੱਪਰ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ, ਆਪਣਾ ਪੱਖ ਰੱਖਣ ਦੇ ਲਈ ਆਏ ਹੋਏ ਨੇ ਕਿ ਕਿਸ ਤਰ੍ਹਾਂ ਦੀ ਹੜਤਾਲ ਅੱਗੇ ਜਾਰੀ ਰਹੂਗੀ। ਮੇਰੇ ਨਾਲ ਇੱਕ ਹੋਰ ਜਿਹੜੇ ਵਿਦਿਆਰਥਣ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹੜਤਾਲ ਤੁਹਾਡੀ ਫਿਰ ਦੁਬਾਰਾ ਭੁੱਖ ਹੜਤਾਲ 'ਚ ਤਬਦੀਲ ਹੋ ਚੁੱਕੀ ਹੈ, ਰੇੜ ਕਾ ਪ੍ਰੋਬਲਮ ਕਿੱਥੇ ਆ ਰਹੀ ਹੈ ਹੁਣ? ਪ੍ਰੋਬਲਮ ਇਹ ਆ ਰਹੀ ਹੈ ਕਿ ਵੋ ਹਮਾਰੀ ਡਿਮਾਂਡ ਸੁਣਨੇ ਕੋ ਰੈਡੀ ਨਹੀਂ ਹੈ। ਹਮਾਰੇ ਕੋ ਸਿਰਫ ਇੱਕ ਚੀਜ਼ ਚਾਹੀਏ ਕਿ ਯਾ ਤੋ ਵੋ ਰਿਜ਼ਾਈਨ ਕਰੇ, ਇਸ ਜ਼ਿਆਦਾ ਸੇ ਜ਼ਿਆਦਾ ਐਡਮਿਟ ਵੋ ਉਨਕੀ ਪਾਵਰ ਸਸਪੈਂਡ ਹੋ ਜਬ ਤੱਕ ਇੰਕਸਟਰਨਲ ਇੰਕੁਆਇਰੀ ਉਨ ਪੇ ਬੈਠੇ। ਵੋ ਯੇ ਮਾਨਨੇ ਕੋ ਰੈਡੀ ਨਹੀਂ ਹੈ। ਵਾਈਸ ਚਾਂਸਲਰ ਖੁਦ ਹਮਸੇ ਬਾਤ ਕਰਨੇ ਨਹੀਂ ਆ ਰਹੇ ਹੈ, ਵੋ ਸਿਰਫ ਆਪਣੀ ਐਡਮਿਨਿਸਟ੍ਰੇਸ਼ਨ ਕੋ ਭੇਜ ਰਹੇ ਹੈ, ਜਬਕਿ ਡਿਸੀਜਨ ਮੇਕਿੰਗ ਪਾਵਰ ਸਿਰਫ ਵਾਈਸ ਚਾਂਸਲਰ। ਇੱਕ ਕਮੇਟੀ ਵੀ ਬਣੀ ਸੀ, ਇੱਕ ਕਮੇਟੀ ਵੀ ਬਣੀ ਸੀ, ਉਸਕਾ ਕਿਆ ਹੁਆ? ਜੀ ਕਮੇਟੀ ਜੋ ਦੋ ਲੋਗੋ ਕੀ ਬਣੀ ਥੀ, ਉਸਕੇ ਬਾਅਦ ਸਟੂਡੈਂਟ ਬਾਡੀ ਨੇ ਤਿੰਨ ਮੈਂਬਰਸ ਆਪਣੀ ਤਰਫ ਸੇ ਨੋਮੀਨੇਟ ਕੀਤੇ ਥੇ ਕਿ ਹਮ ਚਾਹਤੇ ਹੈਂ ਯੇ ਤਿੰਨ ਮੈਂਬਰਸ ਵੀ ਰਹੇ, ਤੋ ਪਾਂਚ ਮੈਂਬਰ ਕੀ ਕਮੇਟੀ ਬਣੀ ਥੀ 2 ਅਕਟੂਬਰ ਕੋ, ਬਟ 5 ਦਿਨ ਬਾਅਦ ਅਭੀ ਵੀ ਉਸ ਪੇ ਕੋਈ ਅਪਡੇਟ ਨਹੀਂ ਹੈ। ਹਮੇ ਕੋਈ ਰਿਪੋਰਟ ਨਹੀਂ ਮਿਲੀ ਹੈ ਕਿ ਮੀਡੀਏਸ਼ਨ ਕਮੇਟੀ ਕਿਆ ਕਰਕੇ ਗਈ ਹੈ, ਤੋ ਹਮ ਚਾਹਤੇ ਹੈਂ ਕਿ ਉਸਕਾ ਵੀ ਹਮੇ ਕੁਝ ਬਤਾਇਆ ਜਾਏ। ਤੋ ਆਗੇ ਕਿਆ ਸੋਚਾ ਹੈ? ਅਭੀ ਭੂਖ ਹੜਤਾਲ ਦੂਸਰਾ ਦਿਨ ਨਾਲ ਸ਼ੁਰੂ ਹੋ ਗਿਆ ਆਪਕਾ, ਤੋ ਸੁਣਾ ਕਿ 50 ਕੇ ਕਰੀਬ ਜੋ ਸਟੂਡੈਂਟਸ ਹੈ ਵੋ ਭੁੱਖ ਹੜਤਾਲ ਪੇ ਬੈਠੇ ਹੈ, ਤੋ ਆਗੇ ਆਗੇ ਕਿਆ ਸੋਚਾ? ਅਗਰ ਭੁੱਖ ਹੜਤਾਲ ਜਾਰੀ ਰਹੇਗੀ ਤੋ ਆਗੇ ਕੀ ਕਿਆ ਰਣਨੀਤੀ ਹੈ? ਆਗੇ ਅਭੀ ਤੋ ਹਮ ਹੋਪ ਕਰਤੇ ਹੈ ਕਿ ਹਮ ਮੀਟਿੰਗ ਕਰੇ ਫੈਕਲਟੀ ਸੇ, ਐਡਮਿਨਿਸਟ੍ਰੇਸ਼ਨ ਸੇ, ਵਾਈਸ ਚਾਂਸਲਰ ਸੇ, ਔਰ ਉਸ ਸੇ ਕੋਈ ਰਿਜ਼ੋਲਵ ਨਿਕਲੇ, ਵਰਨਾ ਅਭੀ ਤੱਕ ਪਲਾਨ ਯਹੀ ਹੈ ਕਿ ਵਰਨਾ ਹੰਗਰ ਸਟ੍ਰਾਈਕ ਕੰਟੀਨਿਊਡ ਰਹੇਗਾ। ਅਸੋ ਵਿਦਿਆਰਥਣ ਨੇ ਜਿਹੜੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਭੁੱਖ ਹੜਤਾਲ ਹੈ ਉਸ ਨੂੰ ਜਾਰੀ ਰੱਖਿਆ ਜਾਵੇਗਾ, ਕਿਉਂਕਿ ਕਾਰਨ ਇਹੀ ਹੈ ਕਿ ਜਿਹੜੀ 2 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ 3 ਜਿਹੜੇ ਹੋਰ ਮੈਂਬਰ ਨੇ ਉਹ ਵਿਦਿਆਰਥੀਆਂ ਦੇ ਲੈ ਗਏ ਸੀ, ਪਰ ਉਹਦਾ 5 ਮੈਂਬਰੀ ਕਮੇਟੀ ਦੇ ਵੱਲੋਂ ਕੋਈ ਵੀ ਹੱਲ ਨਹੀਂ ਕੱਢਿਆ ਗਿਆ, ਇਸ ਹੜਤਾਲ ਦਾ ਗੱਲ ਸਿਰੇ ਨਹੀਂ ਲੱਗੀ। ਸੋ ਹੁਣ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ ਸ਼ੁਰੂ ਹੋ ਚੁੱਕਿਆ, ਜਿਹੜੇ ਵਿਦਿਆਰਥੀ ਨੇ ਲਗਾਤਾਰ ਇਸ ਗੱਲ ਦੇ ਉੱਪਰ ਅੜੇ ਹੋਏ ਨੇ ਕਿ ਅਸੀਂ ਉਨਾ ਸਮਾਂ ਭੁੱਖ ਹੜਤਾਲ ਦੇ ਉੱਪਰ ਬੈਠੇ ਰਹਾਂਗੇ ਜਿੰਨਾ ਸਮਾਂ ਜਾਂ ਤਾਂ ਜਿਹੜੇ ਵਾਈਸ ਚਾਂਸਲਰ ਨੇ ਉਹ ਅਸਤੀਫਾ ਦੇਣ, ਅਤੇ ਜਾਂ ਫਿਰ ਜਿਹੜੀਆਂ ਉਹਦੀਆਂ ਪਾਵਰਾਂ ਨੇ, ਜਿਹੜੀ ਉਹਦੀ ਸ਼ਕਤੀ ਹੈ ਕੰਮ ਕਰਨ ਦੀ, ਉਹਨੂੰ ਵਾਪਸ ਲਿਆ ਜਾਵੇ, ਰੋਕਿਆ ਜਾਵੇ, ਤਾਂ ਜੋ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕਿਸੇ ਤਰੀਕੇ ਨਾਲ ਵਿਦਿਆਰਥੀਆਂ ਦੇ ਉੱਪਰ ਜਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਸੋ ਹੜਤਾਲ ਜਾਰੀ ਹੈ ਅਤੇ ਵਿਦਿਆਰਥੀਆਂ ਨੇ ਇਹੀ ਚੇਤਾਵਨੀ ਦਿੱਤੀ ਹੈ ਕਿ ਹੁਣ ਜਿਹੜੀ ਭੁੱਖ ਹੜਤਾਲ ਹੈ ਉਹ ਲਗਾਤਾਰ ਜਾਰੀ ਰਹੂਗੀ। ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰੀ ਜਿਹੜਾ ਪ੍ਰਦਰਸ਼ਨ ਹੈ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਮੇਨ ਗੇਟ ਦੇ ਉੱਪਰ ਸ਼ੁਰੂ ਕਰ ਦਿੱਤਾ ਗਿਆ। ਵਿਦਿਆਰਥੀ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਭਾਰੀ ਗਿਣਤੀ ਦੇ ਵਿੱਚ, ਜਿਹੜੀਆਂ ਲੜਕੀਆਂ ਨੇ ਉਹ ਵੀ ਇੱਥੇ ਮੌਜੂਦ ਨੇ, ਅਤੇ ਉਹਨਾਂ ਦੇ ਵੱਲੋਂ ਲਗਾਤਾਰ ਵਾਈਸ ਚਾਂਸਲਰ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਹ ਹੜਤਾਲ ਹੈ ਜਿਹੜੀ ਜਾਰੀ ਰਹੂਗੀ, ਅਤੇ ਇੱਕੋ ਇੱਕ ਮੰਗ ਜਿਹੜੀ ਮੁੱਖ ਤੌਰ 'ਤੇ ਹੜਤਾਲ ਨੂੰ ਖਤਮ ਕਰਨ ਦੇ ਲਈ ਉਹ ਹੈ ਵਾਈਸ ਚਾਂਸਲਰ ਦਾ ਅਸਤੀਫਾ, ਜਿਸ ਦੇ ਉੱਪਰ ਹਜੇ ਤੱਕ ਕੋਈ ਵੀ ਫੈਸਲਾ ਵਾਈਸ ਚਾਂਸਲਰ ਦੇ ਵੱਲੋਂ ਨਹੀਂ ਆਇਆ, ਜਾਂ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਪਾਸੇ ਨਹੀਂ ਲੈ ਗਿਆ ਕਰਕੇ ਵਿਦਿਆਰਥੀ ਨੇ ਜਿਹੜੇ ਉਹਨਾਂ ਦਾ ਇਹ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਲਗਾਤਾਰ ਜਾਰੀ ਹੈ। 48 ਵਿਦਿਆਰਥੀ ਨੇ ਉਹ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਭੁੱਖ ਹੜਤਾਲ ਸ਼ੁਰੂ ਹੋ ਚੁੱਕੀ ਹੈ ਤੁਹਾਡੀ, ਅਤੇ ਹੁਣ ਜਿਹੜੀ ਮੇਨ ਮੰਗ ਹੈ ਅਸਤੀਫੇ ਦੇ ਉੱਪਰ ਅੜੇ ਹੋਏ ਤੁਸੀਂ? ਸਰ ਹਮਾਰੀ ਕਾਫੀ ਸਾਰੀ ਮੰਗ ਹੈ, ਲੇਕਿਨ ਸਭੀ ਬੱਚੋਂ ਕੋ ਇਹੀ ਕਹਿਣਾ ਕਿ ਜਬ ਤੱਕ ਇਸਤੀਫਾ ਨਹੀਂ ਹੋਤਾ ਹੈ ਤਬ ਤੱਕ ਹਮ ਕਿਸੀ ਦੂਸਰੀ ਮੰਗ ਪੇ ਬਾਤ ਕਰਨੇ ਕੋ ਤਿਆਰ ਨਹੀਂ ਹੈ। ਹੋਰ ਮੰਗਾ ਕੀ ਨੇ? ਹੋਰ ਮੰਗੇ ਮੈਂ ਸਟੂਡੈਂਟ ਬਾਡੀ ਕੋ ਲੈ ਕੇ ਹੈ, ਬਾਕੀ ਜੋ ਸਰ ਕਾ ਬਿਹੇਵੀਅਰ ਹੈ ਉਨਕੇ ਲਈ ਮੰਗੇ ਹੈ, ਲੇਕਿਨ ਸਭ ਨੇ ਇਹੀ ਬੋਲਾ ਕਿ ਜਬ ਤੱਕ ਇਸਤੀਫਾ ਨਹੀਂ ਹੋਤਾ ਤਬ ਤੱਕ ਕਿਸੀ ਮੰਗ ਪੇ ਹਮ ਬਾਤ ਨਹੀਂ ਕਰੇਂਗੇ। ਜਿਹੜੀ ਹੜਤਾਲ ਅੰਦਰ ਚੱਲ ਰਹੀ ਹੈ,
15 ਦਿਨਾਂ 'ਚ ਹੋ ਚੁੱਕੇ ਨੇ ਹੜਤਾਲ ਨੂੰ, ਕੀ ਲੱਗਦਾ ਕਿ ਇੰਨੇ ਸਮੇਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਏ ਸੀਗੇ, ਜਿਹੜੇ ਵੁਮਨ ਕਮਿਸ਼ਨ ਦੇ ਚੇਅਰਪਰਸਨ ਨੇ ਉਹ ਵੀ ਇੱਥੇ ਆਏ ਸੀ, ਉਹਨਾਂ ਨੇ ਵੀ ਤੁਹਾਨੂੰ ਭਰੋਸਾ ਦਿੱਤਾ ਸੀ, ਜਿਹੜੇ ਵਕੀਲ ਨੇ ਉਹਨਾਂ ਨੇ ਸਮਰਥਨ ਦਿੱਤਾ ਸੀ, ਫਿਰ ਕਮੀ ਕੀ ਹੈ ਕਿ ਤੁਹਾਡੀ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ, ਕੋਈ ਜਿਹੜੀ ਡਿਸਪਿਊਟ ਪਿਆ ਹੋਇਆ ਉਹਦਾ ਹੱਲ ਨਹੀਂ ਹੋ ਰਿਹਾ? ਸਰ ਹਮ ਜਹਾਂ 16 ਦਿਨ ਪਹਿਲੇ ਥੇ ਅਭੀ ਵੀ ਵਹੀਂ ਪੇ, ਇਸ ਬੀਚ ਹਮਾਰੇ ਕਾਲਜ ਮੇਂ ਹਮਾਰੇ ਪਟਿਆਲਾ ਕੇ ਮਾਨਯ ਸਾਂਸਦ ਮਹੋਦਯ ਆਏ ਹੈਂ, ਮਹਿਲਾ ਆਯੋਗ ਕੀ ਕਮਿਸ਼ਨਰ ਮੈਮ ਆਈ ਹੈ, ਬਾਕੀ ਕਾਫੀ ਵਕੀਲੋਂ ਨੇ ਸਹਿਯੋਗ ਕੀਆ, ਵਕੀਲ ਯਹਾਂ ਵੀ ਆਏ ਹੈਂ, ਲੇਕਿਨ ਸਭੀ ਨੇ ਬੋਲਾ ਕਿ ਹਮ ਸਟੂਡੈਂਟ ਕੇ ਸਾਥ ਹੈ, ਵੀਸੀ ਸਰ ਕਾ ਜੋ ਬਿਹੇਵੀਅਰ ਇਨਅਪ੍ਰੋਪ੍ਰੀਏਟ ਹੈ, ਉਨ੍ਹਾਂ ਨੇ ਆਪਣੀ ਅਥਾਰਟੀ ਓਵਰ ਸਟੈਪ ਕੀ ਹੈ, ਲੇਕਿਨ ਵਹੀ ਹੈ ਵੀਸੀ ਸਰ ਹਮਸੇ ਆ ਕੇ ਬਾਤ ਕਰਨੇ ਕੋ ਤਿਆਰ ਨਹੀਂ ਹੈ, ਇਸਤੀਫਾ ਦੇਣੇ ਕੋ ਤਿਆਰ ਨਹੀਂ ਹੈ, ਤਬ ਤੱਕ ਇਸ ਬਾਤ ਮੁੱਦੇ ਪੇ ਬਾਤ ਆਗੇ ਬਢ ਨਹੀਂ ਰਹੀ ਹੈ। ਕਿੰਨੇ ਕੁ ਵਿਦਿਆਰਥੀ ਇਸ ਹੜਤਾਲ 'ਚ ਸ਼ਾਮਿਲ ਨੇ ਅਤੇ ਕਿ ਜਿਹੜੀਆਂ ਕਲਾਸਾਂ ਲੱਗ ਰਹੀਆਂ ਨੇ, ਕਲਾਸਿਸ ਲੱਗ ਰਹੀਆਂ ਨੇ, ਜੇ ਨਹੀਂ ਲੱਗ ਰਹੀਆਂ ਤਾਂ ਉਹਦਾ ਬੱਚਿਆਂ ਨੂੰ ਵੀ ਨੁਕਸਾਨ ਹੋ ਰਿਹਾ, ਵਿਦਿਆਰਥੀਆਂ ਨੂੰ, ਉਹਨੂੰ ਲੈ ਕੇ ਕਿਵੇਂ ਦੇਖਦੇ ਹੋ? ਸਟਾਰਟਿੰਗ ਮੈਂ ਹਮਾਰਾ 6 ਦਿਨ ਕਲਾਸਿਸ ਬੰਦ ਰਹੀ, ਤੋ 7 ਦਿਨ ਯੂਨੀਵਰਸਿਟੀ ਨੋਟੀਫਿਕੇਸ਼ਨ ਨਿਕਲਾ ਕਿ ਕੱਲ ਸੇ ਆਪਕੀ ਕਲਾਸਿਸ ਚਾਲੂ ਹੋ ਜਾਏਗੀ, ਤੋ ਸਭੀ ਬੱਚੋਂ ਡਿਸਾਈਡ ਕੀ ਹਮ ਕਲਾਸਿਸ ਬੋਇਕਾਟ ਕਰੇਂਗੇ, ਫਿਰ ਤਬ ਵੀ ਬੱਚੇ ਜੁਆਇਨ ਨਹੀਂ ਕੀਤੇ ਤੋ ਯੂਨੀਵਰਸਿਟੀ ਨੇ ਸੋਚਾ ਕਿ ਹਮ ਆਨਲਾਈਨ ਕਲਾਸਿਸ ਕਰਵਾਤੇ ਹੈਂ, ਆਨਲਾਈਨ ਕਲਾਸਿਸ ਵੀ ਸਭੀ ਬੱਚੋਂ ਨੇ ਬੋਇਕਾਟ ਕੀਆ, ਅਭੀ ਆਜ ਮੰਡੇ ਕੀ ਸਥਿਤੀ ਹੈ ਕਿ ਇੱਕ ਵੀ ਬੱਚੇ ਨੇ ਆਨਲਾਈਨ ਕਲਾਸ ਜੁਆਇਨ ਨਹੀਂ ਕੀਤੀ ਹੈ, ਸਭੀ ਟੋਟਲੀ ਬੋਇਕਾਟ ਕਰ ਰਹੇ ਹੈਂ, ਪੜ੍ਹਾਈ ਹਮਾਰੀ ਖਰਾਬ ਹੋ ਰਹੀ ਹੈ, ਲੇਕਿਨ ਹਮ ਆਪ ਅਗਰ ਦੇਖੋ ਤਾਂ ਹਮ ਬੜੇ ਕੋਸਟ ਕੇ ਲੜ ਰਹੇ ਹੈਂ, ਕਿਉਂਕਿ ਸਟੂਡੈਂਟ ਐਸੇ ਫਿਜ਼ੀਕਲੀ ਤਾਂ 300-400 ਬੈਠ ਰਹੇ ਹੈਂ, ਬਟ ਸਭੀ ਜੋ 1000 ਬੱਚੇ ਹੈਂ, ਸਭੀ ਨੇ ਹੜਤਾਲ ਕੋ ਸਮਰਥਨ ਦੇ ਰੱਖਾ ਕਿ ਹਮ ਆਪਕੇ ਸਾਥ ਹੈਂ, ਕੋਈ ਵੀ ਹਮਾਰੇ ਬੱਚਾ ਕਲਾਸ ਜੁਆਇਨ ਨਹੀਂ ਕਰੇਗਾ। ਅੱਗੇ ਕੀ ਰਣਨੀਤੀ ਹੈ, ਜਿਸ ਤਰ੍ਹਾਂ ਹੁਣ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਕੋਈ ਵੀਸੀ ਦੇ ਵੱਲੋਂ ਜਾਂ ਕਿਸੇ ਉੱਚ ਅਧਿਕਾਰੀਆਂ ਦੇ ਵੱਲੋਂ ਕੋਈ ਮੈਸੇਜ ਆਇਆ ਹੋਵੇ, ਕੋਈ ਗੱਲਬਾਤ ਲਈ ਦੁਬਾਰਾ ਬੁਲਾਇਆ ਗਿਆ ਹੋਵੇ? ਆਏ ਥੇ ਮੀਟਿੰਗ ਕਰਨੇ, ਲੇਕਿਨ ਅਭੀ ਹਮ ਹਮਾਰੇ ਡੀਨ ਸਰ ਹਮਸੇ ਮੁਲਾਕਾਤ ਕਰਕੇ ਗਏ, ਤੋ ਹਮਨੇ ਉਨਕੋ ਬੋਲਾ ਕਿ ਆਪ ਵੀਸੀ ਸਰ ਕੋ ਭੇਜੀ, ਹਮ ਉਨਸੇ ਬਾਤ ਕਰਤੇ ਹੈਂ, ਹਮਨੇ ਬੋਲਾ ਕਿ ਅਗਰ ਵੀਸੀ ਸਰ ਇਸਤੀਫਾ ਦੇਣੇ ਕੋ ਤਿਆਰ ਨਹੀਂ ਹੈ, ਤੋ ਇੱਕ ਇਨਕੁਆਇਰੀ ਕਮੇਟੀ ਸੈੱਟ ਕੀ ਜਾਏ, ਉਹ ਇਨਕੁਆਇਰੀ ਕਮੇਟੀ ਜੋ ਆਪਣਾ ਇਨਕੁਆਇਰੀ ਕਰੇ, ਔਰ ਜੋ ਵੀ ਇਨਕੁਆਇਰੀ ਕਮੇਟੀ ਡਿਸੀਜ਼ਨ ਦੇਗੀ ਉਹ ਮੈਂ ਸਵੀਕਾਰ ਹੋਗਾ, ਉਹ ਵੀਸੀ ਸਰ ਕੋ ਵੀ ਸਵੀਕਾਰ ਕਰਨਾ ਪੜੇਗਾ, ਤਬ ਤੱਕ ਉਹ ਛੁੱਟੀ ਪੇ ਚਲੇ ਜਾਏ।